ਸ਼ਾਸਰੀਆ ਕਾਲ ਦੋਸਤੋ, ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਜੀ ਤੁਹਾਡੇ ਲਈ ਬਹੁਤ ਹੀ ਇੰਪੋਰਟੈਂਟ ਵੀਡੀਓ ਲੈ ਕੇ। ਗੱਲ ਕਰਾਂਗੇ ਜੀ ਪੰਜਾਬ ਦੀਆਂ ਸਮੇਂ ਦੀਆਂ ਸਭ ਤੋਂ ਵੱਡੀਆਂ ਤੇ ਅਹਿਮ ਖਬਰਾਂ ਬਾਰੇ। ਸਭ ਤੋਂ ਪਹਿਲਾ ਚੈਨਲ ਸਟੱਡੀਅਨ ਜੌਬ ਅਲਰਟਸ ਦੇਖ ਰਹੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕਰਦੇ ਹਾਂ। ਪਹਿਲੀ ਵੱਡੀ ਖਬਰ ਦੋਸਤੋ, ਪੰਜਾਬ ਸਕੂਲਾਂ ਬਾਰੇ ਇਸ ਸਮੇਂ ਦੇ ਸਭ ਤੋਂ ਵੱਡੇ ਅਤੇ ਅਹਿਮ ਤਿੰਨ ਆਪਰੇਟਰ ਨੇ। ਇਸ ਤੋਂ ਅਗਲੀ ਖਬਰ ਦੋਸਤੋ, ਸਕੂਲਾਂ ਵਿੱਚ ਧਾਰਾ 144 ਹੋਵੇਗੀ ਲਾਗੂ, ਪੂਰਨ ਪਾਬੰਦੀ। ਤੁਹਾਨੂੰ ਇਹਨਾਂ ਸਾਰੇ ਖਬਰਾਂ ਬਾਰੇ ਵੀਡੀਓ ਵਿੱਚ ਅੱਗੇ ਪੂਰੀ ਜਾਣਕਾਰੀ ਦਿੰਦੇ ਹਾਂ। ਪਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ, ਚੈਨਲ ਤੇ ਨਵੇਂ ਹੋ ਅਤੇ ਅਜੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਕਿਉਂਕਿ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਪੰਜਾਬ ਸਕੂਲਾਂ ਬਾਰੇ ਵੱਡੀਆਂ ਤੋਂ ਵੱਡੀਆਂ ਅਤੇ ਅਹਿਮ ਖਬਰਾਂ ਘਰ ਬੈਠੇ ਦੇਖਣ ਦੇ ਲਈ ਮਿਲਦੀ ਰਹਿਣਗੀਆਂ। ਸ਼ੁਰੂਆਤ ਕਰ ਲੈਂਦੇ ਹਾਂ ਇਸ ਸਮੇਂ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ। ਪਹਿਲੀ ਵੱਡੀ ਖਬਰ ਹੈ ਜੀ, ਹੁਣ ਸਕੂਲ ਅਧਿਆਪਕ ਆਂਗਨਵਾੜੀ ਦੇ ਬੱਚਿਆਂ ਨੂੰ ਪੜ੍ਹਾਉਣਗੇ, ਜ਼ਰੂਰੀ ਹਦਾਇਤਾਂ ਜਾਰੀ। ਜੀ ਹਾਂ ਦਰਸ਼ਕੋ, ਹੁਣ ਪੰਜਾਬ ਦੇ ਆਂਗਨਵਾੜੀ ਕੇਂਦਰਾਂ ਦੇ ਸਕੂਲੀ ਬੱਚਿਆਂ ਨੂੰ ਸਕੂਲ ਦੇ ਅਧਿਆਪਕ ਵੀ ਪੜ੍ਹਾਉਣਗੇ। ਸਿੱਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਕੇ ਪਾਠਕ ਨੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਅਜਿਹੀਆਂ ਹਦਾਇਤਾਂ ਜਾਰੀ ਕੀਤੀਆਂ ਨੇ। ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਲਦ ਤੋਂ ਜਲਦ ਸਾਰੇ ਆਂਗਨਵਾੜੀ ਕੇਂਦਰਾਂ ਨੂੰ ਨਜ਼ਦੀਕੀ ਸਕੂਲ ਤੋਂ ਟੈਗ ਕੀਤਾ ਜਾਵੇਗਾ। ਜੇਕਰ ਲੋੜ ਪੈਂਦੀ ਤਾਂ ਸਕੂਲ ਦੇ ਅਧਿਆਪਕ ਹਫ਼ਤੇ ਵਿੱਚ ਇੱਕ ਜਾਂ ਦੋ ਦਿਨ ਟੈਗ ਸੈਂਟਰਾਂ ਦੇ ਬੱਚਿਆਂ ਨੂੰ ਪੜ੍ਹਾਉਣਗੇ। ਕੇ ਪਾਠਕ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਅਧਿਕਾਰੀ ਨੂੰ ਇਸ ਸਕੀਮ ਨੂੰ ਜਲਦੀ ਪੂਰਾ ਕਰਨ ਦੇ ਸਲਾਹ ਅਤੇ ਹੁਕਮ ਜਾਰੀ ਕਰ ਦਿੱਤੇ ਨੇ। ਅਗਲੀ ਖਬਰ ਵੱਡੀ ਖਬਰ ਦੋਸਤੋ, ਮੋਗਾ ਦੇ ਨਵਾਂਸ਼ਹਿਰ ਵਿੱਚ ਪ੍ਰਸ਼ਾਸਨ ਨੇ ਲਗਾਈ ਧਾਰਾ 144, ਚਾਰ ਬੰਦੇ ਦੇ ਇਕੱਠ ਤੇ ਲੱਗੀ ਪੂਰਨ ਰੋਕ। ਜੀ ਹਾਂ ਦਰਸ਼ਕੋ, ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 10ਵੀਂ ਤੇ 12ਵੀਂ ਕਲਾਸ ਦੀਆਂ ਪ੍ਰੀਖਿਆਵਾਂ 11 ਅਗਸਤ ਤੋਂ 9 ਸਤੰਬਰ 2023 ਤੱਕ ਸਵੇਰ ਦੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਦੁਪਹਿਰ 1:15 ਵਜੇ ਤੱਕ ਬੋਰਡ ਵੱਲੋਂ ਸਥਾਪਿਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈਆਂ ਜਾ ਰਹੀਆਂ ਨੇ। ਜ਼ਿਲ੍ਹਾ ਮੋਗਾ ਵਿੱਚ ਇਹਨਾਂ ਪ੍ਰੀਖਿਆ ਵਾਸਤੇ 4 ਪ੍ਰੀਖਿਆ ਕੇਂਦਰ ਤਹਿਸੀਲ ਪੱਧਰ ਤੇ ਬਣਾਏ ਗਏ ਨੇ। ਜ਼ਿਲ੍ਹਾ ਮੈਜਿਸਟ੍ਰੇਟ ਮੋਗਾ ਕੁਲਵੰਤ ਸਿੰਘ ਨੇ ਦੱਸਿਆ ਕਿ ਇਹਨਾਂ ਪ੍ਰੀਖਿਆਵਾਂ ਨੂੰ ਪਾਰਦਰਸ਼ੀ ਤੇ ਅਮਨ ਕਾਨੂੰਨ ਦੀ ਸਥਿਤੀ ਨਾਲ ਨੇਪਰੇ ਚੜ੍ਹਨ ਵਾਸਤੇ ਧਾਰਾ 144 ਲਾਗੂ ਕੀਤੀ ਗਈ ਏ। 144 CRPC ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਪ੍ਰੀਖਿਆ ਕੇਂਦਰਾਂ ਦੀ ਆਸ ਪਾਸ 100 ਮੀਟਰ ਦੇ ਘੇਰੇ ਅੰਦਰ ਵਿਦਿਆਰਥੀਆਂ ਦੇ ਡਿਊਟੀ ਸਟਾਫ ਤੋਂ ਬਿਨਾਂ ਆਮ ਲੋਕਾਂ ਦੇ ਇਕੱਠ ਉੱਤੇ ਹੋਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਨੇ। ਹੁਕਮ 11 ਅਗਸਤ ਤੋਂ 6 ਸਤੰਬਰ 2023 ਦੁਪਹਿਰ 1:15 ਵਜੇ ਤੱਕ ਲਾਗੂ ਰਹਿਣਗੇ। ਅਗਲੀ ਖਬਰ ਵੱਡੀ ਖਬਰ ਹੈ ਜੀ, ਪੰਜਾਬ ਸਕੂਲਾਂ ਬਾਰੇ 8ਵੀਂ ਜਮਾਤ ਦੇ ਵਿਦਿਆਰਥੀਆਂ ਵਾਸਤੇ ਅਹਿਮ ਖਬਰ। ਸਾਲਾਨਾ ਪ੍ਰੀਖਿਆਵਾਂ ਦੇ ਪੈਟਰਨ ਵਿੱਚ ਕੀਤੇ ਇਹ ਵੱਡੇ ਬਦਲਾਵ। ਜੀ ਹਾਂ ਦਰਸ਼ਕੋ, ਪੰਜਾਬ ਸਕੂਲ ਸਿੱਖਿਆ ਬੋਰਡ ਨੇ 8ਵੀਂ ਜਮਾਤ ਨਾਲ ਸੰਬੰਧਿਤ ਸਾਲਾਨਾ ਪ੍ਰੀਖਿਆਵਾਂ ਦਾ ਪੈਟਰਨ ਬਦਲ ਦਿੱਤਾ ਹੈ। ਇਹ ਪ੍ਰੀਖਿਆ ਹੁਣ ਕਹਿਣ ਨੂੰ ਹੀ ਬੋਰਡ ਦੀ ਰਹਿ ਜਾਵੇਗੀ। ਅੱਜ ਤੋਂ ਵੱਧ ਕੰਮ ਸਕੂਲ ਪੱਧਰ 'ਤੇ ਹੀ ਹੋਵੇਗਾ। ਅਕਾਦਮਿਕ ਸਾਲ 2023-24 ਵਿੱਚ ਵਿਸਥਾਰ ਪੈਟਰਨ ਨੂੰ 3 ਸ਼੍ਰੇਣੀਆਂ ABC ਵਿੱਚ ਵੰਡਿਆ ਗਿਆ ਹੈ। ਗਰੁੱਪ ਏ ਅਤੇ ਬੀ ਨਾਲ ਸੰਬੰਧਿਤ ਸਾਰੇ 21 ਵਿਸ਼ਿਆਂ ਦੇ ਪ੍ਰਸ਼ਨ ਪੱਤਰ ਸਕੂਲ ਸਿੱਖਿਆ ਬੋਰਡ ਆਪ ਜਾਰੀ ਕਰਨਗੇ। ਇਹ ਵੀ ਹੁਕਮ ਜਾਰੀ ਕੀਤੇ ਗਏ ਨੇ ਕਿ ਸਾਲਾਨਾ ਇਮਤਿਹਾਨਾਂ ਵਿੱਚ ਹਰੇਕ ਵਿਦਿਆਰਥੀ ਨੂੰ 9 ਵਿਸ਼ਿਆਂ ਦੇ 600 ਅੰਕਾਂ ਦੀ ਪ੍ਰੀਖਿਆ ਦੇਣੀ ਹੋਵੇਗੀ, ਜਿਨ੍ਹਾਂ ਵਿੱਚੋਂ ਗਰੁੱਪ ਏ ਦੇ ਸਾਰੇ 6 ਵਿਸ਼ਿਆਂ ਵਿੱਚ ਪਾਸ ਹੋਣਾ ਜ਼ਰੂਰੀ ਆ। ਇਸੇ ਤਰ੍ਹਾਂ ਗਰੁੱਪ ਬੀ ਦੇ 15 ਵਿਸ਼ਿਆਂ ਵਿੱਚੋਂ ਕੋਈ 3 ਵਿਸ਼ਿਆਂ ਦੀ ਚੋਣ ਕਰਕੇ ਪ੍ਰੀਖਿਆ ਵਿੱਚ ਅਪੀਅਰ ਹੋਣਾ ਜ਼ਰੂਰੀ ਆ। ਨਵੇਂ ਹੁਕਮ ਅਨੁਸਾਰ ਪ੍ਰਯੋਗੀ ਪ੍ਰੀਖਿਆਵਾਂ ਵਾਲੇ ਵਿਸ਼ਿਆਂ ਵਿੱਚੋਂ ਸਿਰਫ਼ ਕੰਪਿਊਟਰ ਵਿਗਿਆਨ ਦਾ ਮੁਲਾਂਕਣ ਹੀ ਬੋਰਡ ਵੱਲੋਂ ਕੀਤਾ ਜਾਵੇਗਾ, ਜਦੋਂ ਕਿ ਸਰੀਰਕ ਸਿੱਖਿਆ ਸਮੇਤ 12 ਵਿਸ਼ਿਆਂ ਦੇ ਮੁਲਾਂਕਣ ਹੁਣ ਸਕੂਲ ਪੱਧਰ 'ਤੇ ਹੀ ਹੋਣਗੇ। ਅਗਲੀ ਖਬਰ ਅਗਲੀ ਵੱਡੀ ਖਬਰ ਹੈ ਜੀ, ਪੰਜਾਬ ਵਿੱਚ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ, ਸਾਰਿਆਂ ਲਈ ਕੰਮ ਦੀ ਖਬਰ। ਜੀ ਹਾਂ ਦਰਸ਼ਕੋ, ਪੰਜਾਬ ਵਿੱਚ ਇੰਨੇ ਦਿਨੀ ਹੁਮਸ ਨੇ ਲੋਕਾਂ ਦਾ ਜਿਉਣਾ ਦੁੱਭਰ ਕਰ ਰੱਖਿਆ ਹੈ। ਇਸ ਦੌਰਾਨ ਮੌਸਮ ਵਿਭਾਗ ਦੀ ਚੇਤਾਵਨੀ ਵੀ ਚਿੰਤਾਜਨਕ ਹੈ। ਗਰਮੀ ਅਤੇ ਹੁਮਸ ਦੀ ਮਾਰ ਚੱਲ ਰਹੇ ਪੰਜਾਬੀਆਂ ਵਾਸਤੇ ਮੌਸਮ ਵਿਭਾਗ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਆ। ਨਾਲ ਹੀ ਇਹ ਵੀ ਦੱਸਿਆ ਗਿਆ ਹੈ ਕਿ ਮੌਨਸੂਨ ਹੀ ਵਾਪਸ ਚਲਾ ਗਿਆ ਹੈ। ਹਾਲਾਂਕਿ ਬੀਤੇ ਦਿਨ ਅੰਮ੍ਰਿਤਸਰ, ਜਲੰਧਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਹਲਕਾ ਫੁਲਕਾ ਮੀਂਹ ਪਿਆ ਸੀ, ਪਰ ਕਈ ਥਾਵਾਂ 'ਤੇ ਮੀਂਹ ਮਗਰੋਂ ਹੁੰਮਸ ਵਾਲੇ ਹਾਲਾਤ ਵੀ ਪੈਦਾ ਹੋ ਗਏ। ਮੌਸਮ ਵਿਭਾਗ ਮੁਤਾਬਕ ਪੰਜਾਬ ਵਿੱਚ ਅਲਨੀਨੋ ਦੀ ਸਥਿਤੀ ਪੈਦਾ ਹੋ ਸਕਦੀ ਆ। ਇਸ ਦੇ ਪ੍ਰਭਾਵ ਨਾਲ ਸੂਬੇ ਭਰ ਵਿੱਚ ਹੁਣ ਇੱਕ ਦੁੱਕਾ ਥਾਵਾਂ 'ਤੇ ਹੀ ਬੂੰਦਾਬਾਂ ਦੇ ਅਸਾਰ ਨੇ ਅਲਨੀਨੋ ਦੇ ਅਸਰ ਕਾਰਨ ਸੂਬੇ ਵਿੱਚ ਤਾਪਮਾਨ ਵੀ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਆਉਂਦੇ ਦਿਨਾਂ ਵਿੱਚ ਤਾਪਮਾਨ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਅਗਲੀ ਖਬਰ
अगली वड्डी खबर है जी, 9 अगस्त नूं पंजाब रहेगा बंद। ईसाई भाईचारा ते एसी भाईचारे ने मणिपुर हिंसा के विरोध में किया ऐलान। जी हाँ दर्शको, तुहानू दसी कि मणिपुर में हुई हिंसा तो बाद पंजाब ईसाई भाईचारे और अनुसूचित जातियों वालों 9 अगस्त को पंजाब बंद का सद्दा दिता गया है। इस गल का ऐलान ईसाई भाईचारे वालों जलंधर के प्रेस क्लब विखे गठित मणिपुर इंसाफ मोर्चा वालों किया गया है। तुहानू दसी कि मणिपुर इंसाफ मोर्चा के प्रधान सुरजीत थापर ने दसा कि 9 तरीक को सवेरे 9 बजे तो शाम 5 बजे तक आवाजाई बंद रहेगी। तो इस तो पहला 7 तरीक को मीटिंग की जा रही है जिस दे विच इसकी पूरी रूपरेखा दस्या जाएगा। इस ही कुछ समय बाद जलंधर के प्रेस क्लब विखे एसी भाईचारे वालों प्रेस कॉन्फ्रेंस भी की गई, जिस में मणिपुर में फैली हिंसा के विरोध में पंजाब के समुचे एसी भाईचारे के लोगों का कहना है कि 9 अगस्त को सवेरे 9 बजे तो शाम 6 बजे तक पंजाब बंद रहेगा। तो इस दौरान कोई भी उद्योगिक अदारा नहीं खुलेगा, आवाजाई भी बंद रहेगी। इन्ना ही नहीं, 9 बजे तो PAP चौंक विखे धरना भी दिता जाएगा। तो दोस्तों इस खबर के मुताबिक कल जाने के 9 अगस्त को पंजाब बंद रहेगा, आवाजाही बिल्कुल ठप रहेगी। सो दोस्तों इस दी विचकार उम्मीद जताई जा रही है कि पंजाब के सारे सरकारी कॉलेज प्राइवेट विद्यक अदारे सारे ही स्कूल दोस्तों बंद किए जा सकते हैं कल के दिन लैके। पर दोस्तों इस नूं लैके अजे सरकार दे वल्लों कोई भी ऑफिशियल जानकारी सांझी नहीं की गई। पर दोस्तों जदों भी सरकार दे वल्लों कोई ऑफिशियल नोटिफिकेशन इस बारे आउट किया जाता तो दोस्तों तुहानूं इस समय आपां जानकारी दे देवांगे। बाकी अज दी वीडियो विच बस इन्ना ही, तुहाडा बहुत बहुत धन्नवाद, रब रखा।